नमस्कार दोस्तों, NFL स्टेडियम ਦੇ ਵਿੱਚ ਸੁਰਬੀ ਮੇਲਾ ਮਿਲਨ ਦੀਵਾਲੀ ਮੇਲਾ ਸੱਜ ਚੁੱਕਾ ਹੈ ਤੇ ਜਿਸ ਤਰ੍ਹਾਂ ਅਸੀਂ ਤੁਹਾਨੂੰ ਦੱਸਿਆ ਕਿ ਇਸ ਦੇ ਵਿੱਚ ਵੋਕਲ ਫੋਰ ਲੋਕਲ ਵੈਂਡਰਸ ਜਿਹੜੇ ਨੇ ਆਪਣੇ ਬਹੁਤ ਸਾਰੇ ਪ੍ਰੋਡਕਟ ਬਹੁਤ ਸਾਰੀਆਂ ਆਫਰ ਲੈ ਕੇ ਆਏ ਨੇ। ਦੱਸਦੇ ਆ ਤੁਹਾਨੂੰ ਕੀ ਇਸ ਮੇਲੇ ਦੇ ਵਿੱਚ ਤੁਹਾਡੇ ਲਈ ਮੌਜੂਦ ਹੋਵੇਗਾ। ਸਭ ਤੋਂ ਪਹਿਲਾਂ ਅਸੀਂ ਪਹੁੰਚਾ ਬਿਨੋਦ ਟਰੰਕ ਹਾਊਸ ਵਾਲਿਆਂ ਦੇ ਕੋਲ। ਸਰ ਨਮਸਕਾਰ ਜੀ, ਪਹਿਲਾਂ ਨਮਸਕਾਰ ਜੀ ਸਾਰੇ ਵਿਊਰਸ ਨੂੰ, ਮੇਰਾ ਨਮਸਕਾਰ ਜੀ। ਸਰ ਇਸ ਮੇਲੇ ਦੇ ਵਿੱਚ ਤੁਸੀਂ ਅੱਜ ਆਏ ਹੋ, ਕੀ ਪ੍ਰੋਡਕਟ ਲੈ ਕੇ ਆਏ ਹੋ ਤੇ ਕੀ ਖਾਸ ਆਫਰ ਲੈ ਕੇ ਆਏ? ਸਰ ਅਸੀਂ ਅੱਜ ਆਪਣੀ ਪੂਰੀ ਰੇਂਜ ਲੈ ਕੇ ਆਏ ਹਾਂ ਜਿਹਦੇ 'ਚ ਆਪਣੇ ਕੋਲ ਬੋਰੋਸਿਲ ਦੇ ਪ੍ਰੋਡਕਟਸ ਹੈਗੇ ਆ, ਆਪਣੇ ਕੋਲ ਸਨਫਲੇਮ ਹੈਗੀ ਹੈ, IFB ਦੇ ਹੈਗੇ ਆ, ਡਬਲ ਡੋਰ ਫ੍ਰਿਜ ਹੈਗੇ, ਅਲਮਾਰੀਆਂ ਦੀ ਰੇਂਜ ਪੂਰੀ ਹੈਗੀ ਹੈ, LG, ਸੈਮਸੰਗ, ਸੋਨੀ, LEDs ਦੇ ਬ੍ਰਾਂਡ ਸਾਰੇ ਲੈ ਕੇ ਆਏ ਹਾਂ, ਪਲੱਸ ਆਪਣੀ ਅਲਮਾਰੀਆਂ, ਸਾਡੇ ਚੇਅਰਸ ਦੀ ਪੂਰੀ ਰੇਂਜ ਲੱਗੀ ਹੋਈ ਹੈ, ਆਪਾਂ ਝੂਲੇ ਲੈ ਕੇ ਆਏ ਹਾਂ ਬੱਚਿਆਂ ਲਈ, ਟਾਵਲ ਸੈੱਟ ਹੈ, ਗਾਰਡਨ ਸੈੱਟ ਹੈ, ਸਾਰਾ ਕੁਝ ਲੈ ਕੇ ਆਏ ਆਪਾਂ। ਸਰ ਕੀ ਇਹਨਾਂ ਸਾਰੇ ਪ੍ਰੋਡਕਟਸ ਤੇ ਆਫਰ ਹੋਣਗੇ ਜਾਂ ਕੋਈ MRP ਦੇ ਉੱਤੇ? ਬਿਲਕੁਲ ਸਰ, ਨਹੀਂ ਬਹੁਤ ਵਧੀਆ ਆਫਰ ਚੱਲ ਰਹੇ ਨੇ, ਅਪ ਟੂ 60% ਤੱਕ ਡਿਸਕਾਊਂਟ ਹੈਗਾ ਹੈ, ਹੋਮ ਡਿਲੀਵਰੀ ਫ੍ਰੀ ਹੈਗੀ ਹੈ, ਜੋ ਵੀ ਤੁਹਾਨੂੰ ਬੁੱਕ ਕਰਾਏਗਾ ਉਹਨਾਂ ਨੂੰ ਆਪਾਂ ਦੇ ਘਰ ਸਮਾਨ ਪਹੁੰਚਾ ਕੇ ਦੇਵਾਂਗੇ। ਇਸ ਮੇਲੇ ਲਈ ਖਾਸ ਆਫਰਸ ਨੇ? ਬਿਲਕੁਲ ਸਰ, ਬਿਲਕੁਲ ਸਾਡੇ ਸ਼ੋਰੂਮ ਤੋਂ ਐਕਸਟਰਾ ਆਫਰਸ ਆਪਾਂ ਅੱਜ ਮੇਲੇ ਤੇ ਦੇ ਰਹੇ ਹਾਂ। ਠੀਕ ਹੈ ਜੀ, ਤੋ ਵਿਨੋਦ ਟਰੰਕ ਹਾਊਸ ਜੀ ਜਿਹੜੇ ਹੈਗੇ ਆਪਣੀ ਫੁੱਲ ਰੇਂਜ ਤੇ ਫੁੱਲ ਆਫਰਸ ਲੈ ਕੇ ਇਸ ਮੇਲੇ ਦੇ ਦਰਮਿਆਨ ਪਹੁੰਚੇ ਨੇ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਫੁੱਲ ਸੈਟ ਪਰ ਲੱਗਾ ਹੈ, ਤੁਹਾਡੇ ਘਰ ਦੀ ਜ਼ਰੂਰਤ ਦਾ ਹਰ ਸਮਾਨ ਤੁਹਾਨੂੰ ਇਸ ਸਟੋਰ ਦੇ ਉੱਤੋਂ ਇੱਕ ਹੀ ਛੱਤ ਦੇ ਥੱਲੇ ਮਿਲ ਜਾਵੇਗਾ ਤੇ ਅੱਛੀਆਂ ਆਫਰਸ ਗ੍ਰੈਬ ਕਰਨ ਦੇ ਲਈ ਤੁਸੀਂ ਜ਼ਰੂਰ ਇਹਨਾਂ ਦਾ ਸਟਾਲ ਵਿਜ਼ਿਟ ਕਰੋ ਤੇ ਦੇਖੋ ਕੀ ਆਫਰਸ ਨੇ ਤੇ ਜਿਹੜੀ ਤੁਹਾਨੂੰ ਪਸੰਦ ਆਉਂਦੀ ਹੈ ਤੇ ਜ਼ਰੂਰ ਬੁੱਕ ਕਰਵਾ ਕੇ ਜਾਓ ਤੇ ਨਾਲ ਲੈ ਕੇ ਜਾਓ। ਡਿਲੀਵਰੀ ਬਿਲਕੁਲ ਫ੍ਰੀ ਦਿੱਤੀ ਜਾ ਰਹੀ ਹੈ। ਮੇਲੇ ਦੇ ਵਿੱਚ ਵੱਖ ਵੱਖ ਸਟਾਲ ਲੱਗੇ ਹੋਏ ਨੇ, ਆਈ ਮੋਬਾਈਲ ਦਾ ਇੱਕ ਸਟਾਲ ਲੱਗਿਆ ਹੈ, ਗੱਲਬਾਤ ਕਰਾਂਗੇ। ਸਰ ਨਮਸਕਾਰ ਜੀ। ਨਮਸਕਾਰ ਜੀ ਸਰ, ਆਈ ਮੋਬਾਈਲ ਸਟਾਲ ਲਾਇਆ ਤੁਸੀਂ? ਹਾਂਜੀ ਸਰ। ਕੀ ਸੇਲ ਕਰ ਰਹੇ ਹੋ ਤੇ ਕੀ ਆਫਰਸ ਦੇ ਰਹੇ ਹੋ ਲੋਕਾਂ ਨੂੰ? ਸਰ ਬਜਾਜ ਤੇ ਹੋ ਜਾਏਗਾ ਤੁਹਾਨੂੰ ਆਫਰ, ਸੇਲ ਕਰ ਰਹੇ ਅਸੀਂ ਹਰ ਤਰ੍ਹਾਂ ਦੇ ਆਈਫੋਨ। ਮੇਨਲੀ ਕਿਸ ਪ੍ਰੋਡਕਟ ਦੇ ਵਿੱਚ ਡੀਲ ਕਰ ਰਹੇ ਹੋ ਜੀ? ਮੇਨਲੀ ਆਈਫੋਨ ਹੈ ਸਰ। ਮੇਨਲੀ ਆਈਫੋਨ ਹੈ ਜੀ। ਨਿਊ ਮਿਲ ਜਾਏਗਾ, ਸੈਕਿੰਡ ਹੈਂਡ ਮਿਲ ਜਾਏਗਾ ਸਰ? ਵੇਚ ਵੀ ਸਕਦੇ ਆ, ਖਰੀਦ ਵੀ ਸਕਦੇ ਆ, ਐਕਸਚੇਂਜ ਵੀ ਕਰ ਸਕਦੇ ਆ, ਸੇਲ ਵੀ ਕਰ ਦਿੰਦੇ? ਅੱਛੇ ਆਫਰਸ ਦੇਵੋਗੇ ਜੀ? ਬਿਲਕੁਲ ਅੱਛੀ ਸਰ, ਅੱਜ ਦੇ ਦਿਨ ਸਰ ਵਾਊਚਰ ਵੀ ਮਿਲੇਗਾ ਤੁਹਾਨੂੰ 500 ਰੁਪਏ ਦਾ। ਅੱਛਾ ਜੀ, ਤੁਸੀਂ ਉਹ ਵਾਊਚਰ ਕਲੈਕਟ ਕਰੋ ਸਾਡੀ ਸ਼ਾਪ ਤੇ, ਤੁਹਾਨੂੰ 500 ਡਾਇਰੈਕਟ ਮਿਲੇਗਾ। ਸ਼ਾਪ ਦਾ ਐਡਰੈਸ ਬੋਲ ਦਿਓ ਸਰ ਇੱਕ ਵਾਰੀ। ਸਰ ਅੱਡਾ ਮਾਰਕੀਟ, ਪਹਿਲੀ ਸ਼ਾਪ ਅੱਡਾ ਮਾਰਕੀਟ, ਨਿਆ ਨੰਗਲ, ਨੰਗਲ ਕਾਟੂ ਸ਼ਾਮ ਮੰਦਿਰ ਦੇ ਸਾਹਮਣੇ। ਦੂਸਰੀ ਸ਼ਾਪ ਨੀਅਰ ਗੁਨਾ ਕਾਲਜ, ਉਧਰ ਮਿਲ ਜਾਏਗੀ ਤੁਹਾਨੂੰ, ਰੈਡ ਟੇਪ ਦੇ ਆਪੋਜ਼ਿਟ। ਬਿਲਕੁਲ, ਆਈ ਮੋਬਾਈਲ ਦੇ ਨਾਮ, ਆਈ ਮੋਬਾਈਲ ਨਾਮ ਬੇਸਿਕਲੀ ਜਿਹੜੇ ਵੀ ਤੁਸੀਂ ਆਈਫੋਨ ਦੇ ਵਿੱਚ ਡੀਲ ਕਰਦੇ ਹੋ, ਉਸ ਤੋਂ ਇਲਾਵਾ ਵੀ ਬ੍ਰਾਂਡਸ ਅਵੇਲੇਬਲ ਨੇ? ਹਾਂਜੀ ਸਰ, ਮਿਲ ਜਾਏਗਾ ਤੁਹਾਨੂੰ OnePlus ਡੀਲ ਕਰ ਲੈਂਦੇ ਅਸੀਂ, ਸੈਮਸੰਗ ਕਰ ਲੈਂਦੇ। ਅਸੈਸਰੀ ਹੋਏਗੀ ਜੀ ਆਪਣੇ ਕੋਲ? ਅਸੈਸਰੀ ਵੀ ਮਿਲ ਜਾਏਗੀ ਸਰ, ਹਰ ਤਰ੍ਹਾਂ ਦੀ ਅਸੈਸਰੀ ਮਿਲ ਜਾਏਗੀ। ਠੀਕ ਹੈ ਜੀ, ਥੈਂਕ ਯੂ ਸਰ। ਤੋ ਆਈ ਮੋਬਾਈਲ ਵਾਲਿਆਂ ਤਰਫ ਸਟਾਲ ਤੁਸੀਂ ਦੇਖਿਆ ਤੇ ਇਹ ਤੁਹਾਨੂੰ ਜਿਹੜੇ ਨੇ ਅੱਛੇ ਆਫਰਸ ਦੇ ਨਾਲ ਆਈਫੋਨ ਜਿਹੜੇ ਆ ਉਹ ਉਪਲਬਧ ਕਰਾਣਗੇ ਤੇ ਤਕਰੀਬਨ ਜੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਹਰ ਮਾਡਲ ਜਿਹੜਾ ਇਹਨਾਂ ਕੋਲ ਅਵੇਲੇਬਲ ਹੈ ਤੇ ਅੱਛੇ ਆਫਰਸ ਗ੍ਰੈਬ ਕਰਨ ਦੇ ਲਈ ਇਹਨਾਂ ਦਾ ਸਟੋਰ ਔਰ ਸਟਾਲ ਨੂੰ ਜ਼ਰੂਰ ਵਿਜ਼ਿਟ ਕਰੋ। ਉਹ ਸਟਾਲ ਤੇ ਹੁਣ ਲੈ ਕੇ ਆਏ ਆ। ਸਰ ਨਮਸਕਾਰ ਜੀ। ਨਮਸਕਾਰ ਸਰ। ਸਰ ਕੀ ਪ੍ਰੋਡਕਟ ਅੱਜ ਮੇਲੇ ਦੇ ਵਿੱਚ ਲੈ ਕੇ ਆਏ ਹੋ ਸਾਡੇ ਨੰਗਲ ਵਾਸੀਆਂ ਦੇ ਲਈ? ਸਰ ਹਮਾਰਾ ਮੈਨੂਫੈਕਚਰਿੰਗ ਹੈ ਟਫਨ ਗਲਾਸ ਕੀ, UPVC ਡੋਜ਼ ਵਿੰਡੋਜ਼ ਔਰ ਪ੍ਰੀਮੀਅਮ ਐਲੂਮੀਨੀਅਮ ਡੋਜ਼ ਵਿੰਡੋਜ਼ ਕੀ। ਟਫਨ ਗਲਾਸ ਜੈਸੇ ਸਾਰੇ ਜਾਣਤੇ ਹੈ ਕਿ ਨਾਰਮਲ ਸ਼ੀਸ਼ੇ ਸੇ ਬਹੁਤ ਹੀ ਜ਼ਿਆਦਾ ਸਟਰੈਂਥ ਵਾਲਾ ਹੋਤਾ ਹੈ, ਅਨਬ੍ਰੇਕੇਬਲ ਕੋਈ ਸ਼ੀਸ਼ਾ ਨਹੀਂ ਹੋਤਾ, ਲੇਕਿਨ ਸਟਰੈਂਥ ਬੜ ਜਾਤੀ ਹੈ, ਉਸਕੇ ਕੋਈ ਆਸਾਨੀ ਸੇ ਉਸੇ ਤੋੜ ਨਹੀਂ ਸਕਤਾ। ਹਮ ਉਸਕੇ ਇਲਾਵਾ ਬਣਾਤੇ ਹੈ DGU ਗਲਾਸ, ਜਿਸਮੇ ਸਾਊਂਡ ਪ੍ਰੂਫ ਹੋ ਜਾਤਾ ਹੈ ਔਰ ਹੀਟ ਇਨਸੂਲੇਸ਼ਨ ਹੋ ਜਾਤੀ ਹੈ। ਫਿਰ ਹਮ ਬਣਾਤੇ ਹੈ ਸਿਕਿਉਰਿਟੀ ਗਲਾਸ, ਜਿਸੇ ਤੋੜਨਾ ਬਹੁਤ ਹੀ ਮੁਸ਼ਕਿਲ ਹੋ ਜਾਤਾ ਹੈ, ਲੇਕਿਨ ਅਗਰ ਕੋਈ ਤੋੜ ਵੀ ਦੇਤਾ ਹੈ ਤੋ ਕਾਟ ਕੇ ਅੰਦਰ ਆਉਣਾ ਬਹੁਤ ਹੀ ਜ਼ਿਆਦਾ ਮੁਸ਼ਕਿਲ ਹੈ। ਉਸਕੇ ਇਲਾਵਾ ਹਮਾਰੇ ਪਾਸ UPVC ਡੋਜ਼ ਵਿੰਡੋਜ਼ ਹੈ ਸਰ, ਇਹ UPVC ਸਿਸਟਮ ਹੈ ਸਾਰਾ, ਜੋ ਕਿ ਜਬ ਪ੍ਰੋਪਰਲੀ ਸਿਸਟਮ ਕੇ ਸਾਥ ਇੰਸਟਾਲ ਹੋਤਾ ਹੈ ਤੋ ਸਾਊਂਡ ਪ੍ਰੂਫ, ਡਸਟ ਪ੍ਰੂਫ, ਵਾਟਰ ਪ੍ਰੂਫ ਸੋਲਿਊਸ਼ਨ ਦੇਤਾ ਹੈ ਸਾਰਾ ਜੀ। ਉਸਕੇ ਇਲਾਵਾ ਹਮ ਬਣਾਤੇ ਹੈ ਸਕਾਈਲਾਈਟਸ, ਗਲਾਸ ਕੀ ਸਕਾਈਲਾਈਟ, ਕਿਸੀ ਵੀ ਤਰੀਕੇ ਕਾ ਡਿਜ਼ਾਈਨ, ਕਿਤਨਾ ਵੀ ਆਪਕੋ ਹੈਵੀ ਸਟਰਕਚਰ ਚਾਹੀਏ, ਹਮ ਲੋਗ ਉਹ ਮੈਨੂਫੈਕਚਰ ਕਰਕੇ ਦੇ ਸਕਦੇ। ਗੱਲ ਕਰੀਏ ਤਾਂ ਇਹ ਕਿਸ ਕੋਸਟ ਪੈਂਦਾ, ਕੀ ਰਨਿੰਗ ਸਕੁਅਰ ਫੁੱਟ ਤੇ ਕਿਸ ਤਰ੍ਹਾਂ ਦਿੰਦੇ ਹੋ ਤੇ ਆਫਰ ਅੱਜ ਦੇ ਲਈ ਕੀ ਤੁਸੀਂ ਲੈ ਕੇ ਆਏ ਹੋ ਇਸ? ਸਰ ਹਮਾਰਾ ਇਸਕਾ ਕੋਈ ਸਕੁਅਰ ਫੀਟ ਪ੍ਰਾਈਸ ਨਹੀਂ ਹੈ, ਇਹ ਸਪੈਸੀਫਿਕੇਸ਼ਨ ਬੇਸਡ ਕਾਮ ਹੈ। ਆਪਕੀ ਰਿਕੁਆਇਰਮੈਂਟ ਹੈ ਕਿ ਮੁਝੇ ਛੋਟੀ ਵਿੰਡੋ ਬਣਾਣੀ ਹੈ, ਹਮ ਛੋਟੀ ਬਣਾ ਦੇਂਗੇ। ਅਗਰ ਆਪ ਮੇਰੇ ਸਾਥ ਇੱਕ ਮਿੰਟ ਟਾਈਮ ਹੈ, ਆਪਕੋ ਕੁਛ ਸੈਂਪਲਸ ਦਿਖਾਣਾ ਚਾਹੂੰਗਾ ਜੀ। ਕਿਸੀ ਕੀ ਰਿਕੁਆਇਰਮੈਂਟ ਹੈ ਕਿ ਮੁਝੇ ਇਹ ਵਾਲੀ ਵਿੰਡੋ ਬਣਾ ਕੇ ਦੇ ਦੋ? ਇਹ ਟੌਪ ਆਨ ਵਿੰਡੋ ਹੈ ਜੋ ਕਿ ਬਾਥਰੂਮ ਮੇ ਕਾਮ ਆਤੀ ਹੈ ਲਗਾਣੇ ਕੇ। ਇਹ ਹਮਾਰੀ ਟਿਲਟ ਐਂਡ ਟਰਨ ਵਿੰਡੋ ਹੈ, ਜਿਸਮੇ ਯਹਾਂ ਤੋ ਖੋਲਾ ਤੋ ਇੱਕ ਵਿੰਡੋ ਬਣ ਗਈ, ਲੇਕਿਨ ਅਗਰ ਕਿਸੀ ਕਾ ਮਨ ਹੈ ਕਿ ਸਰਦੀ ਬਹੁਤ ਹੈ, ਮੁਝੇ ਸਿਰਫ ਥੋੜੀ ਜਿਹੀ ਹਵਾ ਲੈਣੀ ਹੈ, ਇਹ ਹਮਾਰੀ ਟਿਲਟ ਹੋ ਗਈ, ਇਹ ਹਮਾਰੀ ਵੈਂਟੀਲੇਸ਼ਨ ਕਰਤੀ ਹੈ। ਇਸੀ ਤਰੀਕੇ ਸੇ ਹਮਾਰੇ ਪਾਸ ਇਹ ਡੋਰਸ ਹੈ, ਆਪ ਇਧਰ ਆ ਜਾਈਏ ਪਲੀਜ਼। ਇਹ ਡੋਰ ਹੈ ਹਮਾਰਾ ਕੇਸਮੈਂਟ ਡੋਰ, ਕਿਉਂਕਿ 100% ਸਾਊਂਡ ਪ੍ਰੂਫ ਸੋਲਿਊਸ਼ਨ ਦੇ ਸਕਤਾ ਹੈ, ਅਗਰ ਆਪਕੇ ਰੂਮ ਕੇ ਅੰਦਰ ਇਨਸੂਲੇਸ਼ਨ ਪ੍ਰੋਪਰ ਹੈ ਤੋ, ਅਦਰਵਾਈਜ਼ ਹਮ 70% ਪਲੱਸ ਕੀ ਬੋਲਤੇ ਹੈ ਕਿ ਇਨਸੂਲੇਸ਼ਨ ਮਿਲ ਜਾਏਗਾ। ਮੈਨੂਫੈਕਚਰਿੰਗ ਹੋ ਰਹੀ ਹੈ ਤੇ ਕਿਹੜੀ ਜਗ੍ਹਾ ਤੋਂ ਤੁਸੀਂ ਪ੍ਰੋਵਾਈਡ ਕਰ ਰਹੇ ਹੋ? ਹਮਾਰੀ ਪੂਨਾ ਹਿਮਾਚਲ ਮੇ ਬਾਥੜੀ ਇੰਡਸਟਰੀਅਲ ਏਰੀਆ ਹੈ, ਵਹਾਂ ਪੇ ਕਰ ਰਹੇ ਹੈ ਹਮ ਲੋਗ।
आप हमें वहां पे जा सकते हैं, इंक्वायरीज भेज सकते हैं। हमारी वेबसाइट है www.fabframe.in और हमारा कॉन्टैक्ट नंबर है 7206826। ठीक है जी। जिस तरह तो इन्होंने दस्या कि अगर तुम करते अगर तुम्हें एक मजबूत फिटिंग करवानी चाहते हो तो साउंड प्रूफ करवाने चाहते हो, डस्टलैस होना चाहिए, सारिया फीचर जो भी अच्छी ऑफर हो जरूर साझिया करा। मेले के बहुत सारे स्टॉल लग रहे, फैब्रिकेशन का स्टॉल तुम वेख्या, तो हूँ जोड़ा है गोल्डी भाजी जो कि समाज सेवा भी करते हैं, तो इन्हों की शॉप मेन मार्केट के गोल्डी बूट हाउस वो भी इतने स्टॉल ऑफरस लैके आए हैं। सर सब तो पहला स्वागत है जी, थोड़ा बहुत बहुत शुक्रिया ਤੁਹਾਡਾ ਵੀ ਇੱਥੇ ਆਉਣ ਤੇ ਬਹੁਤ ਬਹੁਤ ਸਵਾਗਤ ਹੈ। ਅਕਸਰ ਜਿਹੜਾ ਫੈਸਟੀਵਲ ਸੀ ਇਹਦੇ ਵੱਡੀਆਂ ਆਫਰਾਂ ਲਗਾਉਂਦੇ ਹੋ, ਅੱਜ ਮੇਲੇ ਵਿੱਚ ਪਹੁੰਚੋ, ਅੱਜ ਕਿਹੜੀ ਆਫਰਾਂ ਲੈ ਕੇ ਪਹੁੰਚੇ, ਕੀ ਹੋਏਗਾ ਜੀ ਆਪਣੇ? ਅਸੀਂ ਮੇਲਾ ਲੁੱਟਣ ਨਹੀਂ ਹੈ, ਲੁਟਾਉਣ ਆਏ ਆਪਣੇ ਆਪ ਨੂੰ। ਆਓ ਆ ਕੇ ਵਰਾਇਟੀ ਦੇਖੋ, ਪਿਓਰ ਲੈਦਰ ਦੀ ਆਈਟਮਾਂ 700 ਰੁਪਏ ਦੇ ਵਿੱਚ, ਲੇਡੀਜ਼ ਫੈਂਸੀ ਚੱਪਲ 300-500 ਦੇ ਜਿਹੜੀ ਅੱਛੀ ਕੁਆਲਿਟੀ ਦੇ ਹੈਗੀਆਂ, ਇੱਕ ਵਾਰ ਵਿਜ਼ਿਟ ਕਰੋ। ਔਰ ਜਿਹੜੇ ਬ੍ਰਾਂਡ ਸਾਡੇ ਕੋਲ ਦੀ ਦੁਕਾਨ ਤੇ ਆ ਕੇ ਵਿਜ਼ਿਟ ਕਰੋਗੇ, ਫਰੈਸ਼ ਸਟੋਕ ਦੇ ਦੀਵਾਲੀ ਤੱਕ 20% ਹਰੇਕ ਆਈਟਮ ਚੋਪ ਹੋਏਗਾ। ਜਿਹੜੇ ਅੱਜ ਦੇ ਆਫਰ ਇੱਥੇ ਮੇਲੇ ਦੇ ਵਿੱਚ ਇੱਥੇ ਲਈ ਹਨ ਜਾਂ ਬਾਅਦ ਚ ਵੀ ਅਵੇਲ ਕਰ ਸਕਦੇ ਲੋਕ? ਜਿਹੜੇ ਮੇਲੇ ਦੇ ਆਫਰ ਜਿਹੜਾ ਜਿੰਨੀ ਦੇਰ ਸਟੋਕ ਹਾਜ਼ਰ ਹੈ ਉਨੀ ਦੇਰ ਤਾਂ ਅਸੀਂ ਤੁਹਾਨੂੰ ਆਫਰ ਦੇਵਾਂਗੇ, ਜਦੋਂ ਇਹ ਸਟੋਕ ਖਤਮ ਹੋ ਗਿਆ ਤਾਂ ਆਫਰ ਖਤਮ ਹੋ ਜਾਏਗੀ, ਬਟ ਜਿਹੜਾ ਫਰੈਸ਼ ਸਟੋਕ ਹੈ ਉਹਦੇ ਲੈਸ ਹਮੇਸ਼ਾ ਅਵੇਲੇਬਲ ਰਹੇਗੀ ਤੁਹਾਨੂੰ। ਇਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਇਹ ਵਧੀਆ ਰੇਟਸ ਦੇ ਉੱਤੇ ਤੁਹਾਨੂੰ ਵਧੀਆ ਕੁਆਲਿਟੀ ਦੇ ਸ਼ੂਜ਼ ਮੁਹੱਈਆ ਕਰਾਉਂਦੇ ਨੇ, ਵੱਡੀ ਵਰਾਇਟੀ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ। ਇੱਕ ਵਾਰ ਤਸਵੀਰਾਂ ਜ਼ਰੂਰ ਸਾਂਝੀਆਂ ਕਰ ਦੇਣੀਆਂ ਕਿ ਕਿੰਨੀ ਵਰਾਇਟੀ ਜਿਹੜੀ ਇਹਨਾਂ ਦੇ ਕੋਲ ਲੱਗੀ ਹੋਈ ਹੈ, ਚਾਹੇ ਸਪੋਰਟਸ ਆਰਟੀਕਲ ਦੀ ਗੱਲ ਕਰ ਰਹੀ ਹੈ, ਭਾਵੇਂ ਫਾਰਮਰ ਆਰਟੀਕਲ ਦੀ ਗੱਲ ਕਰ ਰਹੀ ਹੈ, ਲੇਡੀਜ਼ ਦੇ ਆਰਟੀਕਲ ਦੀ ਗੱਲ ਕਰ ਰਹੀ ਹੈ, ਤਾਂ ਹਰ ਚੀਜ਼ ਜਿਹੜੀ ਹੈ ਉਹ ਅਵੇਲੇਬਲ ਹੋਏਗੀ। ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ ਸਪੋਰਟਸ ਦੇ ਵਿੱਚ ਕਾਫੀ ਬ੍ਰਾਂਡ ਲੱਗੇ ਹੋਏ ਨੇ, ਸਕੈਚਰਸ ਦੇ ਸ਼ੂਜ਼ ਪਏ ਹੋਏ ਨੇ, ਹੋਰ ਵੀ ਮਲਟੀ ਬ੍ਰਾਂਡ ਦੇ ਵਿੱਚ ਡੀਲ ਕਰਦੇ ਨੇ। ਤੋਂ ਜਲਦੀ ਇਹ ਆਫਰ ਗ੍ਰੈਬ ਕਰਨ ਦੇ ਲਈ ਤੁਸੀਂ NFL ਦੇਖੇ ਦੀਵਾਲੀ ਮੇਲੇ ਲੱਗੇ ਜਿਹੜੇ ਇਹਨਾਂ ਦੇ ਸਟਾਲ ਤੇ ਜ਼ਰੂਰ ਵਿਜ਼ਿਟ ਕਰੋ। ਇਸ ਵਿੱਚ ਜਿਹੜਾ ਇੰਟੀਰੀਅਰ ਜਿਹੜਾ ਹੈ, ਅਕਸਰ ਲੋਕ ਜਿਹੜਾ ਉਹ ਟ੍ਰੈਂਡਿੰਗ ਇੰਟੀਰੀਅਰ ਕਰਵਾਉਂਦੇ ਨੇ, ਤਾਂ ਟ੍ਰੈਂਡਿੰਗ ਇੰਟੀਰੀਅਰ ਤੁਹਾਡੇ ਤੱਕ ਲੈ ਕੇ ਆਉਣ ਦੇ ਲਈ ਅਸੀਂ ਪਹੁੰਚੇ NFL ਸਟੇਡੀਅਮ, ਜਿੱਥੇ ਕਿ ਚਰਨਾ ਇੰਟੀਰੀਅਰਸ ਵੱਲੋਂ ਜਿਹੜਾ ਇੱਕ ਆਪਣਾ ਸਟਾਲ ਲਗਾਇਆ ਗਿਆ। ਸਰ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਸਰ ਤੁਹਾਡਾ। ਇੰਟੀਰੀਅਰ ਵਿੱਚ ਡੀਲ ਕਰ ਰਹੇ ਹੋ, ਕਿਹੜੀ ਚੀਜ਼ ਡੀਲ ਕਰ ਰਹੇ ਹੋ? ਹਾਂਜੀ ਸਰ, ਬੇਸਿਕਲੀ ਅਸੀਂ ਡੀਲ ਕਰਦੇ ਹਾਂ ਜੀ ਮਾਡੂਲਰ ਕਿਚਨਸ ਦੇ ਵਿੱਚ, ਮਾਡੂਲਰ ਵਾਰਡਰੋਬਸ ਹੈ ਸਾਡੇ ਕੋਲ, ਅਤੇ ਉਸ ਤੋਂ ਇਲਾਵਾ ਓਵਰਆਲ ਸਾਰਾ ਫਰਨੀਚਰ ਹੈ ਜੀ, ਸੋਫਾ ਕਮ ਬੈਡਸ ਹੈ, ਸੋਫਾ ਹੈ। ਕਸਟਮਾਈਜ਼ ਸਾਡਾ ਪ੍ਰਾਇਓਰਿਟੀ ਹੈ, ਕਸਟਮਾਈਜ਼ ਜਿਵੇਂ ਹੈ ਉਹ ਸਾਡੀ ਪ੍ਰਾਇਓਰਿਟੀ ਹੈ, ਜਿੱਦਾਂ ਦਾ ਤੁਹਾਨੂੰ ਲੋੜ ਹੈ। ਹੁਣ ਇੱਕ ਮਿੰਟ ਤੁਹਾਡਾ ਲੈਣਾ ਮੈਂ ਇਹਦੇ ਵਿੱਚ, ਜਿਵੇਂ ਹੁਣ ਅਸੀਂ CNC ਡੋਰਸ ਇਨ ਹਾਊਸ ਅਸੀਂ ਫੈਕਟਰੀ 'ਚ ਬਣਾਉਂਦੇ ਹਾਂ, CNC ਮਸ਼ੀਨ ਲੱਗੀ ਹੈ ਡਿਜ਼ਾਈਨ ਦੀ, ਇਹਦੇ 'ਚ ਤੁਸੀਂ ਕਾਰਵਿੰਗ ਕਰਾ ਸਕਦੇ ਹੋ। ਫੈਕਟਰੀ ਸਰ ਆਪਣੀ, ਤੁਸੀਂ ਅਜੋਲੀ ਮੋੜ ਤੋਂ ਸੰਤੋਖਗੜ ਵਾਲੀ ਸਾਈਡ ਜਾਂਦੇ ਹੋ, ਇੱਕ ਟੋਲ ਆਉਂਦਾ, ਉੱਥੋਂ ਤੁਸੀਂ ਲੈਫਟ ਹੋਣਾ ਸਨੋਲੀ ਰੋਡ ਤੋਂ, ਹਾਰਡਲੀ ਉੱਥੋਂ ਤੁਸੀਂ 200 ਮੀਟਰ 'ਤੇ ਜਾਣਾ, ਰਾਈਟ ਸਾਈਡ 'ਤੇ ਸ਼ੋਰੂਮ ਹੈ, ਲੈਫਟ ਸਾਈਡ 'ਤੇ ਸਾਡੀ ਫੈਕਟਰੀ ਹੈ। ਫੈਕਟਰੀ ਦੇ ਵਿੱਚ ਮਾਡੂਲਰ ਕਿਚਨਸ ਹੈ, ਮਾਡੂਲਰ ਕਿਚਨਸ ਹੈ, ਇੱਕ ਮਾਡੂਲਰ ਵਾਰਡਰੋਬਸ ਹੈ ਜਿਹਨੂੰ ਅਸੀਂ ਕਬਰਡ ਬੋਲਦੇ ਹਾਂ, LED ਪੈਨਲਸ ਹੈ, ਅਤੇ ਉਸ ਤੋਂ ਬਾਅਦ ਜਿਹੜੀ ਆਪਣਾ CNC ਮਸ਼ੀਨ ਲੱਗੀ ਹੈ, ਮੈਮਰਿਨ ਡੋਰ ਵਾਲੀ ਮਸ਼ੀਨ ਲੱਗੀ ਹੈ ਆਪਣੀ, ਠੀਕ ਹੈ ਜੀ। ਤੇ ਮੈਂ ਸਾਰੇ ਮੈਨੂਫੈਕਚਰਿੰਗ ਤੁਹਾਡੇ ਇਨ ਹਾਊਸ ਮੈਨੂਫੈਕਚਰਿੰਗ ਹੈ, ਆਪਣੀ ਇਨ ਹਾਊਸ ਮੈਨੂਫੈਕਚਰਿੰਗ ਹੈ। ਇਨਫੈਕਟ ਸੋਫਾ ਹੈ ਆ ਸਾਰੀ, ਇਹਦੇ 'ਚ ਅਸੀਂ ਰੱਖਣ ਦੇ ਲਈ ਜਿਹੜਾ ਇਸ ਤਰੀਕੇ ਨਾਲ ਚਾਹੀਦਾ ਹੈ ਕਿ ਇਹ ਜਿਹੜਾ ਹੈ ਦੇਖ ਸਕਦੇ ਤਸਵੀਰਾਂ ਦੇ ਵਿੱਚ, ਜਦੋਂ ਤੁਹਾਨੂੰ ਸੋਫੇ ਦੀ ਜ਼ਰੂਰਤ ਹੋਵੇ ਤਾਂ ਇਹ ਸੋਫਾ ਬਣ ਜਾਂਦਾ, ਜਿਸ ਤਰ੍ਹਾਂ ਇਹ ਬੈੱਡ ਬਣਾ ਤਾ, ਇਸ ਬੈੱਡ ਦੇ ਰੂਪ 'ਚ ਵੀ ਇਹ ਕੰਮ ਆਏਗਾ। ਡਿਊਰੇਬਿਲਿਟੀ ਕਿੰਨੀ ਕਰੇਗੀ ਮਜ਼ਬੂਤ? ਸਰ ਇਹਦੇ 'ਚ ਇਨ ਹਾਊਸ ਬਣਦਾ ਹੈ, ਅਤੇ ਅਸੀਂ ਇਸ ਟ੍ਰੇਡ 'ਚ ਸਾਡਾ ਜਿਹੜਾ ਹੈ ਅਸੀਂ ਮਾਰਕੀਟਿੰਗ ਨਹੀਂ ਕਰਦੇ ਇੰਨੀ, ਅਤੇ 30 ਸਾਲ ਹੋ ਗਏ, ਇਹ 3rd generation ਹੈ ਅਸੀਂ, ਠੀਕ ਹੈ ਜੀ। ਸਾਡੇ ਦਾਦਾ ਜੀ ਨੇ ਸ਼ੁਰੂ ਕੀਤਾ, ਫਿਰ ਸਾਡੇ ਪੇਰੈਂਟਸ ਨੇ ਕੀਤਾ, ਚਾਚਾ ਜੀ ਨਾਲ ਹੈ, ਅਤੇ ਅਸੀਂ 3rd generation ਹੈ, ਅਤੇ ਡਿਊਰੇਬਿਲਟੀ ਮਤਲਬ ਕੁਆਲਿਟੀ ਨਾਲ ਕਦੇ ਕੰਪਰੋਮਾਈਜ਼ ਨਹੀਂ ਹੋਇਆ ਸਰ, ਵਿਦਆਊਟ ਮਾਰਕੀਟਿੰਗ ਅਸੀਂ ਇੱਥੇ ਤੱਕ ਆਏ ਹਾਂ। ਜੋ ਅੱਜ ਲੋਕ ਚਾਹੁੰਦੇ ਅੱਜ ਦੀ ਡੇਟ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜੇ ਮੰਦਰ ਵੀ ਦਿਖਾ ਰਹੀ ਹੈ ਤਾਂ ਬੜੇ ਅੱਛੇ ਬੰਦ ਕਰਦੇ ਹੋ, ਡੋਰ ਬੰਦ ਕਰਕੇ ਦਿਖਾਓ, ਨਦੀ ਮੈਂ ਦੂਸਰਾ ਖੋਲ ਕੇ ਦਿਖਾਓ। ਮੰਦਰ ਜਿਹੜੇ ਨੇ ਬਹੁਤ ਅੱਛੇ ਜਿਹੜੇ ਉਹ ਘਰ ਦੇ ਵਿੱਚ ਰੱਖੇ ਗਏ ਨੇ, ਡੋਰਸ ਦੀ ਗੱਲ ਕਰੀਏ ਜਾਂ ਫਰਨੀਚਰ ਦੀ ਗੱਲ ਕਰੀਏ, ਹਰ ਚੀਜ਼ ਬਹੁਤ ਸੋਹਣੀ ਬਣਾਈ ਗਈ ਹੈ, ਅਤੇ ਤੁਸੀਂ ਆਪਣੀ ਮਰਜ਼ੀ ਦਾ ਡਿਜ਼ਾਇਨ ਵੀ ਇਹਨਾਂ ਤੋਂ ਜਿਹੜਾ ਉਹ ਤਿਆਰ ਕਰਵਾ ਸਕਦੇ ਹੋ, ਅਤੇ ਤੁਸੀਂ ਇਸ ਦੇ ਲਈ ਇਹਨਾਂ ਦੇ ਫੈਕਟਰੀ ਜਾਂ ਸ਼ੋਰੂਮ ਦੇ ਉੱਤੇ ਅਜੋਲੀ ਮੋੜ ਦੇ ਲਾਗੇ ਜ਼ਰੂਰ ਵਿਜ਼ਿਟ ਕਰੋ, ਸਨੋਲੀ ਰੋਡ ਦੇ ਉੱਤੇ ਚਰਨਾ ਇੰਟੀਰੀਅਰਸ ਦੇ ਨਾਮ ਤੋਂ ਜ਼ਰੂਰ ਤੁਸੀਂ ਇਹਨਾਂ ਦਾ ਵਿਜ਼ਿਟ ਕਰੋ। ਬੇਸਿਕਲੀ ਇੱਕ ਮਸ਼ੀਨ ਹੈ ਜਿਹਨੂੰ ਸ਼ਾਰਟ ਫਾਰਮ CNC ਬੋਲਦੇ ਆ, ਇਹ ਡਿਜ਼ਾਈਨ ਕੱਟਦੀ ਹੈ ਮਸ਼ੀਨ,
ਇਹਦੇ ਚ ਤੁਸੀਂ ਵੁਡਨ ਡਿਜ਼ਾਈਨ ਕਟਵਾ ਲਓ ਸਾਤੋਂ, ਅਕ੍ਰੈਲਿਕ ਕਟਵਾ ਲਓ, ਹਾਂਜੀ ਕੁਛ ਵੀ ਪੀਵੀਸੀ ਜਾਂ ਡਬਲਯੂਪੀਵੀਸੀ ਇਹ ਤੁਸੀਂ ਸਾਰੇ ਸਾਤੋਂ ਕਟਵਾ ਸਕਦੇ ਹੋ ਤੇ ਅਵੇਲੇਬਲ ਹੈ ਰੀਜ਼ਨੇਬਲ ਪ੍ਰਾਈਸ ਦੇ ਵਿੱਚ। ਸੇਮ ਹੈ ਸਰ, ਸੇਮ ਸੀਐਨਸੀ ਦੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਮਨਮਰਜ਼ੀ ਦਾ ਜਿਹੜਾ ਮਰਜ਼ੀ ਦਾ ਵੀ ਕਟਵਾ ਸਕਦੇ ਹੋ, ਚਾਹੇ ਉਹ ਆਪਣਾ ਨਾਮ ਹੀ ਲਿਖਵਾ ਲੈਣਾ, ਨਾਮ ਹੀ ਲਿਖਵਾਉਣਾ, ਜਿਵੇਂ ਆਪਣਾ ਹੀ, ਮੈਂ ਆਪਣਾ ਮੋਬਾਈਲ ਨੰਬਰ ਹੀ ਲਿਖਿਆ ਜੀ। ਓਕੇ ਓਕੇ, ਸੀਐਨਸੀ ਜਾਲ ਲਈ ਤੁਸੀਂ ਕੁਝ ਵੀ ਕਰਵਾ ਸਕਦੇ ਹੋ, ਕਸਟਮਾਈਜ਼ ਫਰਨੀਚਰ ਦੇ ਲਈ ਤੁਸੀਂ ਇਹਨਾਂ ਦੇ ਚਰਨਾ ਇੰਟੀਰੀਅਰਸ ਨੂੰ ਜ਼ਰੂਰ ਵਿਜ਼ਿਟ ਕਰੋ। ਤੋ ਘਰ ਦੇ ਫਰਨੀਚਰਸ, ਅਲਮਾਰੀਆਂ ਤੇ ਹੋਰ ਬਹੁਤ ਸਾਰੇ ਹੋਮ ਅਪਲਾਈਸਿਸ ਦੇ ਲਈ ਵਿਪਨ ਟਰੰਕ ਹਾਊਸ ਵੱਲੋਂ ਜਿਹੜਾ ਹੈ ਉਹ ਮੇਲੇ ਦੇ ਵਿੱਚ ਇੱਕ ਸਟੋਰ ਲਗਾਇਆ ਗਿਆ, ਆਪਣਾ ਸਟਾਲ ਲਗਾਇਆ ਗਿਆ, ਇੱਥੇ ਵੀ ਇਹਨਾਂ ਵੱਲੋਂ ਜਿਹੜੀਆਂ ਆਫਰ ਰੱਖੇ ਗਏ ਨੇ, ਆਪਾਂ ਗੱਲਬਾਤ ਕਰਾਂਗੇ ਕੀ ਅੱਜ ਲੈ ਕੇ ਆਏ ਨੇ ਇਹ ਤੁਹਾਡੇ ਦੇ ਲਈ ਤੇ ਕੀ ਆਫਰ ਹੋਣਗੇ। ਸਰ ਸਵਾਗਤ ਹੈ ਜੀ ਤੁਹਾਡਾ। ਸਰ ਅੱਜ ਤੁਸੀਂ ਮੇਲੇ ਦੇ ਵਿੱਚ ਪਹੁੰਚੇ ਹੋ, ਕੀ ਆਈਟਮਾਂ ਲੈ ਕੇ ਇੱਥੇ ਪਹੁੰਚੇ ਹੋ ਜੀ ਅੱਜ ਪਹਿਲਾਂ? ਨਮਸਕਾਰ ਜੀ, ਵਿਪਨ ਟਰੰਕ ਹਾਊਸ ਅੱਡਾ ਮਾਰਕੀਟ ਨੰਗਲ, ਜੋ ਕਿ ਅਸੀਂ ਅੱਜ ਸਟਾਲ ਲਗਾਇਆ ਐਨ ਐਫ ਐਲ ਦੀਵਾਲੀ ਮੇਲੇ ਦੇ ਵਿੱਚ, ਅਸੀਂ ਇੱਥੇ ਆਈਟਮਸ ਲੈ ਕੇ ਆਏ ਹਾਂ ਜੀ, ਸਟੀਲ ਅਲਮੀਰਾ ਤੇ ਬੱਚਿਆਂ ਦੀ ਅਲਮੀਰਾ, ਸਲੀਪ ਵੈਲ ਦੇ ਗੱਦੇ, ਪਲਾਸਟਿਕ ਫਰਨੀਚਰ, ਰਿਵੋਲਵਿੰਗ ਚੇਅਰ, ਆਫਿਸ ਫਰਨੀਚਰ, ਉਸ ਤੋਂ ਇਲਾਵਾ ਸਾਡੇ ਕੋਲ ਗੈਸ ਚੁੱਲ੍ਹੇ, ਚਿਮਨੀਆਂ, ਵਾਟਰ ਪਿਓਰੀਫਾਇਰ, ਹੋਮ ਅਪਲਾਈਸਿਸ ਤੇ ਗੀਜ਼ਰ। ਗੱਲ ਕਰੀਏ ਤਾਂ ਇੱਥੇ ਕੁਝ ਖਾਸ ਆਫਰ ਵੀ ਰੱਖੇ ਗਏ ਨੇ ਜੀ? ਹਾਂਜੀ ਭਾਜੀ, ਸਾਡੇ ਕੋਲ ਤੁਸੀਂ ਕੋਈ ਵੀ ਆਈਟਮ ਪਰਚੇਸ ਕਰੋਗੇ ਹਰ ਆਈਟਮ ਦੇ ਨਾਲ ਸਾਡਾ ਗਿਫਟ ਲੱਗਿਆ ਹੋਇਆ ਹੈ। ਗਿਫਟ ਲੱਗਿਆ? ਹਾਂਜੀ। ਪਹਿਲਾ ਗਿਫਟ ਹੀ ਜਾਂ ਉਹਦਾ ਡਿਸਕਾਊਂਟ ਪ੍ਰਾਈਸ ਵੀ? ਡਿਸਕਾਊਂਟ ਵੀ ਭਾਜੀ ਹੈਗਾ ਹੈ, ਅਲਮਾਰੀ ਤੁਸੀਂ ਕੋਈ ਵੀ ਪਰਚੇਸ ਕਰਦੇ ਹੋ ਸਾਡੇ ਕੋਲ 4 to 5,000 ਰੁਪਏ ਡਿਸਕਾਊਂਟ ਚੱਲ ਰਿਹਾ ਹੈ। ਡਿਸਕਾਊਂਟ ਲੱਗ ਹੋ ਗਿਆ ਜੀ। ਅਗਰ ਸਾਨੂੰ ਕਸਟਮਰ ਪੁਰਾਣੀ ਅਲਮਾਰੀ ਦਿੰਦਾ ਹੈ ਤਾਂ 3,000 ਰੁਪਏ ਹੋਰ ਲੈਸ ਕੀਤਾ ਜਾਏਗਾ ਕਸਟਮਰ ਨੂੰ। ਠੀਕ ਹੈ ਜੀ। ਡਿਲੀਵਰੀ ਕਸਟਮਰ ਦੀ ਫ੍ਰੀ ਹੈ? ਡਿਲੀਵਰੀ ਬਿਲਕੁਲ ਫ੍ਰੀ ਰਹੇਗੀ। ਹਾਂਜੀ, ਗਿਫਟ ਐਕਸਟਰਾ, ਗਿਫਟ ਐਕਸਟਰਾ ਹੈ। ਅਗਰ ਕਸਟਮਰ ਸਾਡੇ ਕੋਲ ਸਲੀਪ ਵੈਲ ਦੇ ਗੱਦੇ ਬੁੱਕ ਕਰਵਾ ਕੇ ਜਾਂਦਾ ਹੈ, ਸਲੀਪ ਵੈਲ ਦੇ ਗੱਦੇ ਦੇ ਉੱਪਰ ਇਸ ਤੋਂ ਆਫਰ ਚੱਲ ਰਹੀ ਹੈ ਕੰਪਨੀ ਦੀ, 2 ਪਿਲੋ ਸਲੀਪ ਵੈਲ ਦੇ ਫ੍ਰੀ ਹੈ ਤੇ ਨਾਲ ਇੱਕ ਬੈਡਸ਼ੀਟ ਡਬਲ ਬੈਡ ਦੀ, 2 ਪਿਲੋ ਕਵਰ ਪਲੱਸ ਮੈਟਰੈਸ ਕਵਰ। ਠੀਕ ਹੈ ਜੀ। ਤੇ ਕਸਟਮਰ ਦੀ ਡਿਲੀਵਰੀ ਵੀ ਨਾਲ ਦਵਾਂਗੇ। ਸਲੀਪ ਵੈਲ ਦੀ ਅਗਰ ਕਸਟਮਰ ਸਾਨੂੰ ਪੁਰਾਣੇ ਗੱਦੇ ਦਿੰਦਾ ਹੈ ਨਾਲ 1,000 ਤੋਂ ਲੈ ਕੇ 3,000 ਰੁਪਏ ਤੱਕ ਡਿਸਕਾਊਂਟ ਵੀ ਹੋਵੇ, ਕਸਟਮਰ ਦੇ ਗੱਦੇ ਜਿੱਦਾਂ ਦੇ ਮਰਜ਼ੀ ਹੋਣ, ਜਿੱਦਾਂ ਦੇ ਮਰਜ਼ੀ, ਅਸੀਂ ਦੇਖਣੇ ਵੀ ਨਹੀਂ ਹੈ। ਮਿਨੀਮਮ 1,000 ਹੋ ਗਿਆ, 1,000 ਰੁਪਏ ਹੋ ਗਿਆ, 3,000 ਤੱਕ ਦਾ, 3,000 ਤੱਕ ਅਗਰ ਕਸਟਮਰ 20-25 ਰੇਂਜ ਮੈਟਰਸ ਲੈਂਦਾ ਹੈ ਤਾਂ 3,000 ਰੁਪਏ ਪੁਰਾਣੇ ਗੱਦੇ ਦਾ ਡਿਸਕਾਊਂਟ ਕੱਟਿਆ ਜਾਏਗਾ। ਠੀਕ ਹੈ ਜੀ। ਤੋਂ ਇਹ ਜਿਹੜੀਆਂ ਬਹੁਤ ਸਾਰੀਆਂ ਅੱਛੇ ਆਫਰ ਜਿਹਨਾਂ ਨੇ ਦੱਸੇ ਨੇ, ਇਹਨਾਂ ਆਫਰਸ ਨੂੰ ਗ੍ਰੈਬ ਕਰਨ ਦੇ ਲਈ ਤੁਸੀਂ ਅੱਡਾ ਮਾਰਕੀਟ, ਇਹਨਾਂ ਦਾ ਸ਼ੋਰੂਮ ਹੈ ਤੇ ਸ਼ੋਪ ਵੀ ਹੈ ਜੀ, ਵਿਪਨ ਟਰੰਕ ਹਾਊਸ ਅੱਡਾ ਮਾਰਕੀਟ ਖਾਟੂ ਸ਼ਾਹ ਮੰਦਿਰ ਦੇ ਬਿਲਕੁਲ ਸਾਹਮਣੇ, ਤੇ ਅੱਜ ਇਹਨਾਂ ਨੇ ਮੇਲੇ ਦੇ ਵਿੱਚ ਸਟਾਲ ਲਗਾਇਆ, ਇੱਥੇ ਵੀ ਅੱਛੇ ਆਫਰ ਗ੍ਰੈਬ ਕਰਨ ਦੇ ਲਈ ਤੁਸੀਂ ਇਹਨਾਂ ਦਾ ਸਟੋਰ ਜਿਹੜਾ ਉਹ ਸਟਾਲ ਜਿਹੜਾ ਉਹ ਜ਼ਰੂਰ ਵਿਜ਼ਿਟ ਕਰੋ। ਤੋ ਨੰਗਲ ਦੇ ਵਿੱਚ ਇਲੈਕਟ੍ਰੋਨਿਕਸ ਦੇ ਵਿੱਚ ਡੀਲ ਕਰ ਰਹੀ ਮਸ਼ਹੂਰ ਦੁਕਾਨ ਸਟਾਰ ਟ੍ਰੇਡਿੰਗ ਕੰਪਨੀ ਵੱਲੋਂ ਵੀ ਜਿਹੜਾ ਆਪਣੀ ਫੁੱਲ ਰੇਂਜ ਜਿਹੜੀ ਇੱਥੇ ਇਲੈਕਟ੍ਰੋਨਿਕਸ ਦੀ ਜਿਹੜੀ ਉਹ ਡਿਸਪਲੇ ਕੀਤੀ ਗਈ ਹੈ। ਬੜੇ ਲੰਬੇ ਸਮੇਂ ਤੋਂ ਇਹ ਸ਼ਹਿਰ ਵਾਸੀਆਂ ਨੂੰ ਅੱਛੇ ਆਫਰਸ ਦਿੰਦੇ ਆ ਰਹੇ ਨੇ, ਤੇ ਆਪਾਂ ਗੱਲਬਾਤ ਕਰਾਂਗੇ ਕਿ ਅੱਜ ਜਿਹੜਾ ਇਹ ਕਿਹੜੀਆਂ ਆਫਰਸ ਲੈ ਕੇ ਇਹਨੇ ਫੁੱਲ ਰੇਂਜ ਡਿਸਪਲੇ ਕੀਤੀ ਗਈ ਹੈ ਇਹਨਾਂ ਵੱਲੋਂ ਇਲੈਕਟ੍ਰੋਨਿਕਸ ਦੇ ਵਿੱਚ। ਲੰਬੇ ਸਮੇਂ ਤੋਂ ਜਿਹੜਾ ਇਹ ਡੀਲ ਕਰਦੇ ਆ ਰਹੇ ਨੇ, ਅੱਛੀਆਂ ਆਫਰ ਸ਼ਹਿਰ ਵਾਸੀਆਂ ਨੂੰ ਦਿੰਦੇ ਨੇ ਹਮੇਸ਼ਾ ਹੀ। ਸਰ ਸਵਾਗਤ ਹੈ ਤੁਹਾਡਾ। ਥੈਂਕ ਯੂ। ਸਰ ਅੱਜ ਮੇਲੇ ਦੇ ਵਿੱਚ ਤੁਸੀਂ ਪਹੁੰਚੇ ਹੋ, ਫੁੱਲ ਰੇਂਜ ਡਿਸਪਲੇ ਕੀਤੀ ਹੋਈ ਹੈ, ਕੀ ਖਾਸ ਆਫਰ ਲੈ ਕੇ ਆਏ ਮੇਲੇ ਵਿੱਚ? ਤਾਂ ਦੇਖੋ ਜਿਹੜਾ ਅੱਜ ਅਸੀਂ ਆਫਰ ਤਾਂ ਵੈਸੇ ਦੀਵਾਲੀ ਦੀ ਵੈਸੇ ਵੀ ਦੇ ਰਹੇ ਹਾਂ, ਅੱਜ ਜਿਹੜੀ ਆਫਰ ਦੇ ਰਹੇ ਹਾਂ ਨਾਓ ਔਰ ਨੈਵਰ ਆਫਰ ਗਰੰਟੀਡ ਦੇ ਰਹੇ ਹਾਂ, ਜੋ ਅੱਜ ਅੱਜ ਹੈ ਉਹ ਫਿਰ ਬਾਅਦ ਚ ਨਹੀਂ ਮਿਲੇਗਾ ਜੀ। ਅੱਜ ਕਦੀ ਨਾਜ ਤੱਕ ਹੋਇਆ ਹੋਏਗਾ ਨਾਜ ਮਿਲੇਗਾ, ਜੋ ਆਫਰ ਆਫ ਪ੍ਰਾਈਜ਼ ਦੇ ਦਾਂਗੇ, ਮੇਨ ਪ੍ਰਾਈਜ਼ ਐਸਾ ਦੇ ਦਵਾਂਗੇ ਜਿਹੜਾ ਕਦੀ ਤੁਹਾਨੂੰ ਪ੍ਰਾਈਜ਼ ਨਹੀਂ ਮਿਲਿਆ ਹੋਏਗਾ। ਜਿਸ ਤਰ੍ਹਾਂ ਕਿ ਐਲ ਈ ਡੀ ਟੀਵੀਜ਼ ਦੀ ਗੱਲ ਕਰੋ, ਸਾਡੇ ਕੋਲ ਫੁੱਲ ਫੁੱਲ ਰੇਂਜ ਹੈ, ਸੈਮਸੰਗ, ਐਲ ਜੀ, ਸੋਨੀ, ਟੀ ਸੀ ਐਲ, ਐਮ ਆਈ। ਹੁਣ ਨੋਰਮਲ ਸੈਮਸੰਗ ਦੀ 32 ਇੰਚ ਐਲ ਈ ਡੀ ਦੀ ਗੱਲ ਕਰ ਲਓ, ਸਟਾਰਟਿੰਗ ਮਾਡਲ ਹੈ, ਮਾਰਕੀਟ ਆਨਲਾਈਨ ਆਫਲਾਈਨ 13-14,000 ਰੁਪਏ ਰਿਟੇਲ ਹੈਗੀ ਹੈ। ਅੱਜ ਦਾ ਦਿਨ ਤੁਹਾਨੂੰ 10,000 ਰੁਪਏ 32 ਇੰਚ ਸੈਮਸੰਗ ਦੀ ਐਲ ਈ ਡੀ ਦਿੱਤਾ, ਆਨਲਾਈਨ ਤੋਂ ਵੀ ਕਾਫੀ ਸਸਤੀ, ਆਨਲਾਈਨ ਨਾਲੋਂ ਸਸਤੀ। 55 ਇੰਚ ਆਨਲਾਈਨ 50,000 ਰੁਪਏ ਰੇਟ ਹੈ, 45,000 ਰੁਪਏ ਸੈਮਸੰਗ ਦੀ ਆਨਲਾਈਨ ਤੋਂ ਸਸਤੀ ਐਲ ਈ ਡੀ ਦਿੱਤਾ, ਜਿਹੜੀ 3-5-7,000 ਰੁਪਏ ਤੁਹਾਡੀ ਹਰ ਚੀਜ਼ ਦੀ। ਅੱਜ ਦਾ ਦਿਨ ਪ੍ਰਾਈਜ਼ ਸਭ ਤੋਂ ਬੈਸਟ ਪ੍ਰਾਈਜ਼ ਹੈ, ਇਦਾਂ ਹੀ ਰਹੇਗਾ ਜੀ। ਜੋ ਅੱਜ ਆਫਰ ਦੇ ਰਹੇ ਨੇ ਉਹ ਸਿਰਫ ਤੁਹਾਨੂੰ ਅੱਜ ਹੀ ਮਿਲਣਗੇ ਇਹਨਾਂ ਦੇ ਇਸ ਆਊਟਲੈਟ ਦੇ ਉੱਤੇ, ਜ਼ਰੂਰ ਵਿਜ਼ਿਟ ਕਰੋ। ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਲੈਕਟ੍ਰੋਨਿਕਸ ਦੇ ਵਿੱਚ ਜਿਹੜੀ ਹੈ ਕਿੱਡੀ ਵੱਡੀ ਰੇਂਜ ਜਿਹੜੀ ਅੱਜ ਡਿਸਪਲੇ ਕੀਤੀ ਗਈ ਹੈ। ਡਾਊਨ ਪੇਮੈਂਟ 0 ਇੰਟਰਸਟ ਤੇ ਅੱਜ ਤੁਸੀਂ ਪਰਚੇਸ ਕਰਦੇ, ਅੱਜ ਕੋਈ 1 ਰੁਪਿਆ ਨਹੀਂ ਦੇਣਾ, ਫੁੱਲ ਫਾਈਨਾਂਸ ਹੋ ਜਾਏਗਾ। ਔਰ EMI ਵੀ ਬਹੁਤ ਛੋਟੀ, 999 ਰੁਪਏ EMI ਪਰ ਮੰਥ ਤੋਂ ਸਾਡੇ ਕੋਲ ਪ੍ਰੋਡਕਟ ਸਟਾਰਟ ਹੋ ਜਾਂਦਾ। ਜਿਹੜੇ ਪ੍ਰੋਡਕਟ ਖਰੀਦੇ ਆ ਮਹਿੰਗੇ, ਤਾਂ ਕੋਈ ਪੈਸੇ ਦੀ ਕੋਈ ਚਿੰਤਾ ਕਰਨ ਦੀ ਗੱਲ ਨਹੀਂ, ਫਾਈਨਾਂਸ ਨਹੀਂ, ਐਕਸਟਰਾ ਫਾਈਲ ਚਾਰਜ ਦੀ ਪ੍ਰੋਸੈਸਿੰਗ ਫੀਸ ਵੀ 0 ਆ ਜਾਂਦੀ। ਠੀਕ ਹੈ, ਕੋਈ ਫਾਈਲ ਚਾਰਜ ਨਹੀਂ ਲੱਗੇ, ਕੋਈ ਪ੍ਰੋਸੈਸਿੰਗ ਨਹੀਂ ਲੱਗੇਗੀ। ਤੇ ਮੇਨ ਮਾਰਕੀਟ ਦੇ ਵਿੱਚ ਪਹਿਲਾਂ ਤੋਂ ਹੀ ਬੜੇ ਲੰਬੇ ਸਮੇਂ ਤੋਂ ਜਿਹੜੇ ਇਸ ਦੇ ਵਿੱਚ ਡੀਲ ਕਰ ਰਹੇ, ਆਫਰ ਦੇ ਰਹੇ ਨੇ, ਜ਼ਰੂਰ ਵਿਜ਼ਿਟ ਕਰੋ। LG ਦਾ ਇਹਨਾਂ ਦਾ ਐਕਸਕਲੂਸਿਵ ਸ਼ੋਰੂਮ ਮੇਨ ਮਾਰਕੀਟ ਦੇ ਵਿੱਚ ਹੈ, ਜਲੰਧਰ ਦੇ ਵਿੱਚ ਵੀ ਇਹਨਾਂ ਦਾ ਇੱਕ ਸ਼ੋਰੂਮ ਹੈਗਾ, ਤੇ ਤੁਸੀਂ ਜ਼ਰੂਰ ਇੱਥੇ ਜ਼ਰੂਰ ਵਿਜ਼ਿਟ ਕਰੋ ਤੇ ਇਹਨਾਂ ਅੱਛੀਆਂ ਆਫਰਸ ਨੂੰ ਅੱਜ ਹੀ ਗ੍ਰੈਬ ਕਰੋ।
ਸਾਡੇ ਵੱਲੋਂ ਦੀਵਾਲੀ ਅਤੇ ਧਨਤੇਰਸ ਦੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ। ਜਿੰਨੇ ਵੀ ਮੇਰੇ ਭਰਾ ਭੈਣ ਇਸ ਟੀ ਵੀ ਨੂੰ ਦੇਖ ਰਹੇ, ਚੈਨਲ ਨੂੰ ਦੇਖ ਰਹੇ ਹੈ, ਅੱਜ ਅਸੀਂ ਨਿਆ ਨੰਗਲ ਦੀਵਾਲੀ ਦੇ ਤਿਉਹਾਰ 'ਤੇ ਖੜ੍ਹੇ ਹੋਏ ਹੈ ਅਤੇ ਇੱਥੇ ਅੱਜ ਸਾਡੇ ਕੋਲ ਵਧੀਆ ਤੋਂ ਵਧੀਆ ਉਪਹਾਰ ਲਗਾਏ ਹੋਏ ਸੀ ਟੀ ਵੀ ਐਸ ਦੀ ਹਰ ਗੱਡੀ ਦੇ ਨਾਲ। ਸਾਡੇ ਕੋਲ ਟੀ ਵੀ ਐਸ ਦੀ ਕੋਈ ਵੀ ਪ੍ਰੋਡਕਟ ਲੈ ਕੇ ਜਾਓ ਅਤੇ ਨਾਲ ਇੱਕ ਸਮਾਰਟ ਵਾਚ ਅਤੇ ਅੱਜ ਦੇ ਦਿਨ ਵਾਸਤੇ ਇੱਕ ਗੀਜ਼ਰ ਵੀ ਨਾਲ ਆਪਾਂ ਫ੍ਰੀ ਦੇਵਾਂਗੇ। ਇੰਸਟੈਂਟ ਗੀਜ਼ਰ ਖਾਸ ਅੱਜ ਦੇ ਲਈ ਆਫਰ, ਸਪੈਸ਼ਲ ਅੱਜ ਦੇ ਲਈ ਆਫਰ। ਚਾਹੇ ਕੋਈ ਸਾਡੇ ਕੋਲ ਇੱਥੇ ਬੁੱਕ ਕਰਵਾ ਕੇ ਜਾਓ, ਚਾਹੇ ਸਾਡੇ ਕੋਲ ਲੈ ਕੇ ਜਾਓ, ਅੱਜ ਦਿਨ ਬੁੱਕ ਕਰਵਾ ਦੇਗਾ ਚਾਹੇ ਲੈ ਕੇ ਜਾਓ, ਉਹਦੇ ਲਈ ਆਫਰ ਹੈ। ਦੋ ਆਫਰ ਸਪੈਸ਼ਲ ਹੈ, ਵਾਚ ਮਿਲੇਗੀ ਇੱਕ ਸਮਾਰਟ ਵਾਚ ਔਰ ਇੰਸਟੈਂਟ ਗੀਜ਼ਰ ਨਾਲ। ਗੀਜ਼ਰ ਮਿਲੇਗਾ, ਸਮਾਰਟ ਵਾਚ, ਸਮਾਰਟ ਵਾਚ ਤੁਹਾਨੂੰ ਨਾਲ ਮਿਲੇਗੀ, ਕੰਪਨੀ ਦੀ ਮਿਲੇਗੀ, ਅਲਟਰਾ ਦੀ ਮਿਲੇਗੀ ਔਰ ਤੁਹਾਨੂੰ ਇੰਸਟੈਂਟ ਗੀਜ਼ਰ ਵੀ ਜਿਹੜਾ ਕੰਪਨੀ ਦਾ ਮਿਲੇਗਾ, ਕੰਪਨੀ ਦਾ ਗੀਜ਼ਰ ਵਧੀਆ ਕੰਪਨੀ ਦੇ ਮਿਲਣਗੇ। ਦੋਹੇ ਗਿਫਟ ਤੁਹਾਨੂੰ ਨਾਲ ਮਿਲਣਗੇ, ਪਲੱਸ ਜਿੰਨਾ ਵਧੀਆ ਤੋਂ ਵਧੀਆ ਡਿਸਕਾਊਂਟ ਹੋ ਸਕਦਾ ਅੱਜ ਦੇ ਦਿਨ ਤੁਹਾਨੂੰ ਉਹ ਵੀ ਮਿਲੇਗਾ, ਉਹ ਵੀ ਦਿੰਦੇ ਆ। ਤਾਂ ਜਿਸ ਤਰ੍ਹਾਂ ਪਹਿਲਾਂ ਵੀ ਇਹਨਾਂ ਦੱਸਿਆ ਸੀ ਕਿ ਕਾਫੀ ਡਿਸਕਾਊਂਟ ਪਹਿਲਾਂ ਵੀ ਕਰ ਰਹੇ ਨੇ ਤੇ ਗਿਫਟ ਦੇ ਰਹੇ ਨੇ, ਅੱਜ ਇੱਕ ਐਡੀਸ਼ਨਲ ਗਿਫਟ ਜਿਹੜਾ ਇਸ ਖਾਸ ਦੀਵਾਲੀ ਦੇ ਮੇਲੇ ਤੇ ਇਹਨਾਂ ਵੱਲੋਂ ਰੱਖਿਆ ਗਿਆ ਇੰਸਟੈਂਟ ਗੀਜ਼ਰ ਜਿਹੜਾ ਹੈ ਤੁਹਾਡੇ ਘਰ ਦੇ ਲਈ ਬਿਲਕੁਲ ਮੁਫਤ ਦਿੱਤਾ ਜਾਵੇਗਾ। ਤਾਂ ਜਲਦੀ ਤੋਂ ਜਲਦੀ ਇਸ ਆਊਟਲੈਟ ਦੇ ਉੱਤੇ ਵਿਜ਼ਿਟ ਕਰੋ ਤਾਂ ਜੋ ਇਹ ਆਫਰ ਜਿਹੜੀ ਹੈ ਇਹ ਨਿਕਲ ਨਾ ਜਾਵੇ। ਆਊਟਲੈਟ ਨੰਬਰ ਫਾਈਨੈਂਸ ਦੀ ਗੱਲ ਕਰੀਏ ਤਾਂ ਫਾਈਨੈਂਸ ਦੀ ਕੀ ਫੈਸਿਲਿਟੀ ਰਹੇਗੀ ਤੇ ਪੇਮੈਂਟ ਕਿੰਨੀ ਕੁ ਦੇਣੀ ਪਏਗੀ? ਸਰ ਸਭ ਤੋਂ ਵਧੀਆ ਗੱਲ ਉਸ ਦਿਨ ਮੈਂ ਤੁਹਾਨੂੰ ਦੱਸਿਆ ਸੀਗਾ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ, ਅੱਜ ਦਾ ਦਿਨ ਹੋਰ ਤੁਹਾਨੂੰ ਦੱਸੀਏ ਜ਼ੀਰੋ ਡਾਊਨ ਪੇਮੈਂਟ ਦੇ ਨਾਲ ਬਰਕਰਾਰ ਹੈ ਆਫਰ ਸਾਡੇ ਲਈ, ਬਿਲਕੁਲ ਤੁਹਾਡੇ ਲਈ, ਤੁਹਾਡੇ ਲਈ ਸਪੈਸ਼ਲ। ਤੁਹਾਨੂੰ ਸ਼ਾਇਦ ਯਾਦ ਹੋਊਗਾ 1000 ਰੁਪਏ ਨਾਲ ਤੁਹਾਨੂੰ ਕਿਹਾ ਸੀ, ਗਿਫਟ ਵੀ ਨਾਲ ਕਿਹਾ ਸੀ, ਗਿਫਟ ਤੁਹਾਨੂੰ ਅੱਜ ਨਾਲ ਕਹਿਤਾ ਕਿ ਤੁਹਾਡੇ ਨਾਲ ਦੇਖਣ ਦੇ ਨਾਲ ਇੱਕ ਇੰਸਟੈਂਟ ਗੀਜ਼ਰ ਵੀ ਅੱਜ ਤੁਹਾਨੂੰ ਆਪਾਂ ਨਾਲ ਦਵਾਂਗੇ, ਮਿਲੇਗਾ। ਤੇ ਪੇਮੈਂਟ ਦੀ ਕੋਈ ਚਿੰਤਾ ਨਾ ਕਰੋ ਜੀ, ਪੇਮੈਂਟ ਕੁਝ ਨਹੀਂ ਲੈ ਕੇ ਆਣੀ, ਖਾਲੀ ਹੱਥ ਆਓ, ਨਵੀਂ ਗੱਡੀ ਕਢਾਓ ਤੇ ਬੈਠ ਕੇ ਘਰਾਂ ਨੂੰ ਜਾਓ। ਪਰ ਗੱਡੀ ਦਾ ਪ੍ਰਾਈਸ ਸਿਰਫ ਸਾਡੇ ਕੋਲ 74000 ਤੋਂ ਸਟਾਰਟ ਗੱਡੀ ਜੀ, 74000 ਤੋਂ ਜੁਪੀਟਰ ਸਟਾਰਟ ਹੈ ਸਰ ਗੱਡੀ, ਸਮਾਰਟ ਗੱਡੀ, ਸਮਾਰਟ ਜੁਪੀਟਰ ਜਿਹੜੀ ਹੈ ਸਾਡੇ ਕੋਲ 74000 ਤੋਂ ਸਟਾਰਟ ਗੱਡੀ, ਨਾਲ ਤੁਹਾਨੂੰ ਇੰਸਟੈਂਟ ਗੀਜ਼ਰ ਔਰ ਸਮਾਰਟ ਵਾਚ। ਕੀ ਬਾਤ ਹੈ ਜੀ, ਬੜੀ ਅੱਛੀ ਆਫਰ ਜਿਹੜੀਆਂ ਨੇ ਅੱਜ ਇੱਕ ਵਾਰ ਮੇਲਾ ਲੁੱਟਣ ਵਾਲੇ ਲੋਕਾਂ ਨੂੰ ਇਹਨਾਂ ਦਿੱਤੀਆਂ ਗਈਆਂ ਨੇ। ਤੋ ਘਰ ਦੇ ਵਿੱਚ ਗੇਟ ਜਾਂ ਗਲਾਸ ਦਾ ਕੋਈ ਵੀ ਕੰਮ ਕਰਵਾਉਣ ਦੇ ਲਈ ਇੱਕ ਆਊਟਲੈਟ ਲੱਗਿਆ ਹੋਇਆ ਜੀ ਪਟਿਆਲਾ ਗਲਾਸ ਹਾਊਸ ਦਾ, ਇਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ। ਸਰ ਅੱਜ ਮੇਲੇ ਵਿੱਚ ਆਏ ਹੋ, ਕਿਸ ਚੀਜ਼ ਦੇ ਵਿੱਚ ਮੇਲੇ ਡੀਲ ਕਰਦੇ ਹੋ ਜੀ? ਸਰ ਇਸ ਤੋਂ ਪਹਿਲੇ ਤਾਂ ਤੁਹਾਨੂੰ ਇਹਦੇ ਮੁਬਾਰਕਾਂ ਜੀ, ਪ੍ਰੋਗਰਾਮ ਦੀਆਂ ਜਿਹੜਾ ਮੇਲਾ ਹੋ ਰਿਹਾ ਹੈ, ਇਹ ਜਿਹੜਾ ਪ੍ਰੋਗਰਾਮ ਦੇ ਵਿੱਚ ਅਸੀਂ ਸਟਾਲ ਲਾਇਆ ਹੈ, ਇਹ ਸਟਾਲ ਸਾਡਾ ਹਰ ਤਰ੍ਹਾਂ ਦਾ ਜਿਹੜਾ ਟਫਨ ਗਲਾਸ ਹੈ, ਕੱਚਾ ਗਲਾਸ ਹੈ, ਈਚਿੰਗ ਹੈ ਅਤੇ ਡਿਜ਼ਾਇਨਿੰਗ ਹੈਗੀ ਹੈ, ਰੇਲਿੰਗ ਦਾ ਏ ਤੋਂ ਲੈ ਕੇ ਜੈਡ ਤੱਕ ਜਿਹੜਾ ਮਤਲਬ ਕੀ ਹੈ ਅਸੀਂ ਸਾਰਾ ਸਮਾਨ ਬਣਾਉਂਦੇ ਹਾਂ ਜੀ। ਅਤੇ ਸਾਡਾ ਗਲਾਸ ਵਿੱਚ ਸਟੀਲ ਜਾਂ ਹੋ ਕੇ ਸਟੀਲ ਦੇ ਵਿੱਚ ਵੀ, ਹਾਂਜੀ ਸਟੀਲ ਵਿੱਚ ਵੀ ਜੋ ਹੈਗਾ ਜੀ ਸਾਡਾ ਕਾਫੀ ਲਾਰਜ ਸਕੇਲ ਤੇ ਗੇਟ ਵਗੈਰਾ ਤਿਆਰ ਕੀਤੇ ਜਾਂਦੇ ਆ, ਰੇਲਿੰਗ ਤਿਆਰ ਕੀਤੀ ਜਾਂਦੀ ਹੈਗੀ ਗਲਾਸ ਦੇ ਮੰਦਰ ਘਰਾਂ ਦੇ ਵਿੱਚ। ਹਾਂ ਹਾਂਜੀ ਹਾਂਜੀ, ਏ ਟੂ ਜੈਡ, ਏ ਟੂ ਜੈਡ ਕੰਪਲੀਟ ਕੰਪਲੀਟ ਸੈਟ। ਠੀਕ ਹੈ ਜੀ, ਹਾਂਜੀ। ਤੋਂ ਇੱਕ ਵਾਰ ਐਡਰੈਸ ਬੋਲ ਦਿਓ ਜੀ, ਕਿੱਥੇ ਕਿਹੜੀ ਜਗ੍ਹਾ ਤੇ ਆਪਣਾ ਇਹ ਸ਼ੋਪ ਹੈਗੀ ਜਿੱਥੇ? ਸਾਡਾ ਇਹ 401 ਫੇਸ 1 ਪਟਿਆਲਾ ਗਲਾਸ ਹਾਊਸ ਹੈ ਜੀ, ਡਾਕਟਰ ਸ਼ਾਰਦਾ ਜੀ ਦੇ ਬਿਲਕੁਲ ਫਰੰਟ ਤੇ ਡਾਕਟਰ ਮਲਿਕ ਜੀ ਦੇ ਬਿਲਕੁਲ ਬੈਕ ਸਾਈਡ। ਠੀਕ ਹੈ, ਅਗਰ ਤੁਸੀਂ ਘਰ ਦੇ ਵਿੱਚ ਗੇਟ ਬਣਾਉਣਾ ਚਾਹੁੰਦੇ ਹੋ ਜਾਂ ਟਫਨ ਗਲਾਸ ਦਾ ਕੋਈ ਵੀ ਕੰਮ ਕਰਵਾਉਣਾ ਚਾਹੁੰਦੇ ਹੋ ਤਾਂ ਪਟਿਆਲਾ ਗਲਾਸ ਹਾਊਸ ਦੀ ਵਰਕਸ਼ਾਪ ਤੇ ਜ਼ਰੂਰ ਵਿਜ਼ਿਟ ਕਰਿਓ। ਇਸ ਤਰ੍ਹਾਂ ਦੀਵਾਲੀ ਦਾ ਸੀਜ਼ਨ ਆ ਰਿਹਾ, ਅੱਗੇ ਫੈਸਟੀਵਲ ਦੀਵਾਲੀ ਦਾ ਇੱਕ ਵੱਡਾ ਤਿਉਹਾਰ ਆ ਰਿਹਾ ਸੀ, ਘਰ ਦੇ ਵਿੱਚ ਘਰ ਨੂੰ ਰੋਸ਼ਨਾਉਣ ਦੇ ਲਈ ਲਾਈਟਿੰਗ ਕੈਂਡਲਸ ਦਾ ਦੀਵਿਆਂ ਦਾ ਇਸਤੇਮਾਲ ਕਰਦੇ ਹਾਂ ਅਤੇ ਕੈਂਡਲਸ ਜਿਹੜੀਆਂ ਅਸੀਂ ਬਾਜ਼ਾਰੋਂ ਬਣੀਆਂ ਖਰੀਦਦੇ ਨੇ ਅਤੇ ਇੱਥੇ ਇੱਕ ਸਟਾਲ ਲੱਗਿਆ ਹੋਇਆ ਦੀਵਾਲੀ ਮੇਲੇ ਦੇ ਵਿੱਚ, ਇੱਥੇ ਲਿਖਿਆ ਹੈ ਕਿ ਹੋਮ ਮੇਡ ਕੈਂਡਲਸ। ਤੋਂ ਪਹਿਲਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਕਿ ਬਹੁਤ ਖੂਬਸੂਰਤ ਡਿਜ਼ਾਈਨ ਦੇ ਵਿੱਚ ਜਿਹੜੇ ਨੇ ਕੈਂਡਲਸ ਜਿਹੜੀਆਂ ਬਣਾਈਆਂ ਗਈਆਂ ਨੇ। ਤੁਸੀਂ ਤਸਵੀਰਾਂ ਦੇਖੋ ਅਤੇ ਗੱਲਬਾਤ ਕਰਦੇ ਇਹਨਾਂ ਦੇ ਨਾਲ ਕਿ ਇਹਨਾਂ ਦਾ ਪ੍ਰਾਈਸ ਰਹੇਗਾ ਜਾਂ ਕਿਸ ਤਰੀਕੇ ਨਾਲ ਮੈਨੂਫੈਕਚਰ ਕੀਤੀਆਂ ਜਾਂਦੀਆਂ ਨੇ। ਨਮਸਤੇ, ਤੁਹਾਡਾ ਸਵਾਗਤ ਹੈ ਜੀ। ਥੈਂਕ ਯੂ ਸੋ ਮਚ। ਇੱਕ ਅੱਜ ਤੁਸੀਂ ਸਟਾਲ ਲਗਾਇਆ, ਇੱਥੇ ਲਿਖਿਆ ਜੀ ਹੋਮ ਮੇਡ ਕੈਂਡਲਸ। ਜੀ ਸਰ, ਇਹ ਤੁਹਾਡੇ ਘਰ ਦੇ ਵਿੱਚ ਬਣਾਈਆਂ ਜਾਂਦੀਆਂ ਜੀ? ਹਾਂਜੀ ਸਰ, ਇਹ ਜਿੰਨਾ ਸਾਰਾ ਮਟੀਰੀਅਲ ਹੈ ਇਹ ਬਾਏ ਹੈਂਡ ਮੇਡ ਹੈ, ਇਹਦੇ 'ਚ ਕੋਈ ਵੀ ਮਕੈਨੀਕਲ ਵਰਕ ਨਹੀਂ ਹੈ, ਨੋ ਮਸ਼ੀਨ, ਨਥਿੰਗ। ਘਰੇ ਹੀ ਅਸੀਂ ਇਹਨੂੰ ਮੋਲਡ ਕਰਦੇ ਹਾਂ, ਸਾਰੇ ਮੋਲਡਸ 'ਚ ਪਾ ਕੇ, ਔਰ ਘਰੇ ਹੀ ਵੀ ਜਸਟ ਪੁੱਟ ਇਟ ਆਊਟ। ਜਿੰਨੇ ਸਾਰੇ ਡਿਜ਼ਾਈਨ ਖੁਦ ਤਿਆਰ ਕੀਤੇ ਗਏ? ਸਾਰੇ ਬਾਏ ਹੈਂਡ, ਕੋਈ ਵੀ ਮਕੈਨੀਕਲ ਵਰਕ ਇਹਦੇ 'ਚ ਨਹੀਂ ਹੈ, ਔਰ ਇਹ ਸਾਰਾ ਟੋਟਲੀ ਸੈਂਟਡ ਰਹੇਗਾ। ਅੱਛਾ ਜੀ, ਕੀ ਖਾਸੀਅਤ ਰਹਿੰਦੀ? ਜਿਸ ਤਰ੍ਹਾਂ ਜੀ ਕੈਮੀਕਲ ਬੇਸਡ ਬਹੁਤ ਸਾਰੇ ਕੈਂਡਲਸ ਆਉਂਦੇ ਨੇ, ਉਹਨਾਂ ਤੋਂ ਅਵੋਇਡ ਕੀਤਾ ਜਾਂਦਾ ਕਿ ਇਹਨੂੰ ਨਾ ਵਰਤੇ ਜਾਵੇ, ਤੇ ਉਸ ਲਈ ਠੀਕ ਰਹੇਗਾ ਜੀ ਘਰ ਦੇ ਵਿੱਚ ਇਹਨੂੰ ਇਸਤੇਮਾਲ? ਸੋ ਐਕਚੁਅਲੀ ਜਿਹੜੀ ਅਸੀਂ ਕੈਂਡਲਸ ਬਣਾਈਆਂ ਸਾਰੀਆਂ ਸੋਇਆ ਬੇਸਡ ਬਣਾਈਆਂ, ਜੋ ਆਪਣੀ ਸੋਇਆ ਪ੍ਰੋਟੀਨ ਹੁੰਦੀ ਹੈ ਉਹਦੇ ਬੇਸਡ ਹੈ। ਸੋ ਇਹਦੇ ਜਿੰਨੇ ਵੀ ਸਾਡੇ ਵੈਪਰਸ ਨਿਕਲਦੇ ਆ ਉਹਨਾਂ ਦਾ ਕੋਈ ਵੀ ਹਾਰਮ ਨਹੀਂ ਹੈ, ਇਟਸ ਜਸਟ ਈਕੋ ਫਰੈਂਡਲੀ 100%। ਅਪਾਰਟ ਫਰੋਮ ਦਿਸ, ਜਿਹੜੀ ਆਪਾਂ ਪੈਰਾਫਿਨ ਵੈਕਸ ਨੋਰਮਲ ਸਾਡੀ ਦੁਕਾਨਾਂ ਤੇ ਮਿਲਦੀ ਹੈ, ਉਹਦੇ ਚੋਂ ਇੱਕ ਪੈਰਾਫਿਨ ਨਾਮ ਦਾ ਕੈਮੀਕਲ ਰਿਲੀਜ਼ ਹੁੰਦਾ ਹੈ, ਜਿਹੜੇ ਸਾਡੇ ਮਤਲਬ ਰੈਸਪੀਰੇਟਰੀ
होममेड प्रोडक्ट के डील किया जा रहा है। जिस तरह फेस्टिवल सीजन आ रहा है तो घर के लगाने के लिए कैंडल्स का इस्तेमाल करते हो तो कैमिकल बनिया कैंडल की बजाय असं भी अपील करते हैं कि तुम होममेड बनिया इन्होंने कैंडल में तरजीह दो। तो इस ही अगर तुम खाने के लिए केक ऑर्डर करना चाहते हो या चॉकलेट ऑर्डर करना चाहते हो तो भी थोड़ा घर की बनी चॉकलेट जी मिलेगी। दसिया कि खाने पीने के बहुत सारे स्टाल लगे हैं, इतने इंग्लिश पीज़ा वाले का एक स्टाल लगे हुआ है, तो गलबात करते हैं सर कि पीजे जो अपने को मिल जाते हैं जी। अपने साढ़े को सारे पीजे है, स्मॉल पीज़ा है, मीडियम पीज़ा है, लार्ज पीज़ा है, और साढ़ा जो है स्टॉल असी लगाया दिवाली मेले में स्टॉल लगे है। लोकेशन कि जगह से अगर लोग जो पीज़ा बुक करना चाहते हो तो साढ़ा पीज़ा है मैथपुर नियर ऑपोजिट है सोनी ज्वेलर्स के, तुम उत्थे कर सकते हो। ऑनलाइन डिलीवरी वगैरह ऑनलाइन डिलीवरी सब कुछ करते हैं। ठीक है जी। तो अगर तुम पीज़ा ऑर्डर करना चाहते हो तो इंग्लिश पीज़ा एंड कैफे जो कि मैथपुर के इन्होंने आउटलेट में जरूर विजिट करो तो स्वादिष्ट पीज़ा अपने घर जरूर लेके जाओ। आइटम तो ऑफरस के नाल इस मेले के थोड़े खाण पीण के लिए भी बहुत सारे स्टाल लगे ने, जिन्हों के डोसा, छोले भटूरे, मक्की की रोटी, सरसों का साग, गोलगप्पे, जा इस अलावा होर भी बहुत सारे आइसक्रीम की गल करिए लोटस आइसक्रीम जी है वो भी इस लगी है। तो इस होर भी बहुत सारे खाने दिया आइटम जीडिया ने इस मेले के आके उन्हों का आनंद माण सकते हो। तो बच्चों के लिए भी बहुत सारे आइटम्स ने, चाट की गल करिए सब कुछ जो मौजूद है। तो इस ही असी लैके आए थानू लविश ट्रेडर एम पी की कोठी के कोल, जिन्हों का जिन्हों वालों जोड़ा है वो आइसक्रीम का होर खाण पीन का जो स्टाल वो लगया गया है। तो की लैके आए हो जी, की अच्छे ऑफर दे रहे हो? सब तो पहले तो बहुत बहुत धन्यवाद जी। अब जो नंगल की खूबसूरती है राज भी नंगल दिन है, नंगल के सुरभी मेला जो हर साल की तरह मनाया जाता है, और क्योंकि नंगल के जो तीन चार त्यौहार है और लोगों को जो अट्रैक्शन है जरा सुरभी मेला, क्योंकि पहले तो जो पिछले साल मनाया गया उस तो पहले करोना ने घेरिया, लेकिन एक जो मेला एक अट्रैक्शन का केंद्र है क्योंकि एन एफ एल जो हर साल सुरभी मेला मनाता है और लोगों के बीच उत्साह भी है, तो उम्मीद है कि शाम तक जो है मेला पूरी तरह भरेगा। असी सर जो है हर साल जो लोटस आइसक्रीम साड़ी जी है बड़ा ब्रांड जोड़ा अज नंगल के चर्चा का विषय बनया हुआ है और बड़ा वधिया इहदा रिस्पोंस जिहड़ा मिलता जा रहा है। बिल्कुल होंगे जी, और अभी कर भी रहे हैं जी, और बड़े वधिया लोग जो भी इस चीज़ का करता है और द्वारा इस इंसान का संपर्क कर सकते हैं। सा जो एम पी की कोठी उमाकांत शर्मा मेरा नाम है, ठीक है जी। एम पी की कोठी क्योंकि बेरका दुध दही का भी काम अभी कर रहे हैं, लोटस आइसक्रीम का काम भी है, सारा मटर दाना बेरका की पिनी वगैरह सारा कुछ मिलता है। थैंक यू।
तो जिस तरह तुसी देखिया कि इस मेले दे विच जिथे तुहाडे घर दी जरूरतां दा समान चंगिया ऑफर्स ते आ उत्थे ही नाल तुहाडे खाण पीण दा भी पूरा प्रबंध है। स्टाल तुसी देख सकते हो बहुत सारे अजिहे स्टाल ने जो चाहे असीं वीडियो दे विच कवर नहीं कर सके ते उस ते तुसी जल्द तो जल्द पहुँच के इन्हां स्टाल दे उत्ते अपने खाण पीण दा आनंद भी माणो ते अच्छियां ऑफर्स दे नाल जिहड़ा समान भी अपने घर जरूर लैके जाओ।